सारे बुलारियां दे विचार तकरीबन सुन ले हैं ते मैं मानता है कि जेड़े मतलब जाम दे विच जेड़ी अकाली एकता फसी हुई सी ते जेड़ा संयुक्त अकाली दल सी ओए मंगा रख रहा सी कि सुखबीर बादल जेड़े आ अकाल तख्त साहब ते जान ते ओ माफी मंगन ते ओ कहंदे सी मैं दो बारी माफी मंग चुके हैं यही मेरी माफी है। इस तरीके दे जेड़े मिणो मिणी आपस दे विच हो रहे सी ओदे विचों निकलण लई किसे ना किसे नूं तां पहल करनी पैणी सी। ते जेड़ी तुसी गल कीती है कि सारे पास्यों बहुत पास्यों मतलब स्वागत इस गल दा आ रहा है कि अकाली दल जेड़े दोनों जेड़े हैं एक हो गए हैं ते अकाली राजनीति दे विच नवा मोड़ आया है। पर मैं मानता है कि भी अजे यह जेड़ा प्रोसेस है शुरू होया है ਇਹਦੇ ਵਿੱਚ ਜੇ ਸੁਖਦੇਵ ਸਿੰਘ ਢੀਂਡਸਾ ਨੇ ਵੱਡਾ ਦਿਲ ਦਿਖਾਇਆ ਤੇ ਉਹਨਾਂ ਨੇ ਮਤਲਬ ਆਪਣਾ ਉਹਨੂੰ ਕਿਹਾ ਵੀ ਇੱਕ ਦੂਜੇ ਨੂੰ ਕਿਹਾ ਉਹ ਕਹਿੰਦਾ ਮੇਰਾ ਦੇਖੋ ਮੇਰੀ ਜੀ ਬੇਨਤੀ ਤਾਂ ਇਹ ਹੈ ਕਿ ਸੁਖਬੀਰ ਬਾਦਲ ਨੂੰ ਵੀ ਅੱਗੇ ਇੱਕ ਸਟੈਪ ਹੋਰ ਜਾਣਾ ਚਾਹੀਦਾ। ਜਦੋਂ ਹਰੇਕ ਲੀਡਰ ਦੇ ਘਰ ਜਾ ਕੇ ਮਾਫੀ ਮੰਗ ਰਿਹਾ ਪਬਲਿਕਲੀ ਕਹਿ ਰਿਹਾ ਛੋਟੇ ਵੱਡੇ ਤੋਂ ਮੈਂ ਸਭ ਤੋਂ ਮਾਫੀ ਮੰਗਦਾ ਜਿਹੜੀਆਂ ਗਲਤੀਆਂ ਤਾਂ ਉਹਨਾਂ ਨੂੰ ਪੰਥਕ ਰੋ ਰੀਤਾਂ ਦੇ ਮੁਤਾਬਕ ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਇਹ ਮਾਫੀ ਮੰਗ ਲੈਣੀ ਚਾਹੀਦੀ ਹੈ ਆਪਣੇ ਦਿਲ ਤੋਂ ਮਤਲਬ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਪੰਥ ਜਿਹੜਾ ਬਖਸ਼ਣ ਦਾ ਬਖਸ਼ ਦੇਗਾ ਤੇ ਉਹਦੇ ਨਾਲ ਜਿਹੜਾ ਹੈਗਾ ਪਬਲਿਕ ਦਾ ਜਿਹੜਾ ਥੋੜਾ ਗੁੱਸਾ ਹੈਗਾ ਉਹ ਘਟੇਗਾ। ਅਜੇ ਸਿਰਫ ਜਿਹੜਾ ਹੈਗਾ ਉੱਪਰਲੀ ਲੀਡਰਸ਼ਿਪ ਦੇ ਵਿੱਚ ਹੀ ਸਮਝੌਤਾ ਹੋਇਆ ਪਬਲਿਕ ਸੈਂਟੀਮੈਂਟ ਜਿਵੇਂ ਜਸਵੰਤ ਜੀ ਕਹਿ ਰਹੇ ਆ ਅਜੇ ਉਸ ਨੂੰ ਜੇ ਤੁਸੀਂ ਵਾਪਸ ਆਪਣੇ ਫੋਲਡ ਦੇ ਵਿੱਚ ਲਿਆਣਾ ਹੈ ਤੇ ਉਹਦੇ ਲਈ ਦੋ ਚਾਰ ਕਦਮ ਹੋਰ ਅੱਗੇ ਜਾਣਾ ਪਏਗਾ ਵੱਡਾ ਦਿਲ ਦਿਖਾਉਣਾ ਪਏਗਾ ਤੇ ਪਬਲਿਕ ਤਾਂ ਹੀ ਤੁਹਾਡੇ ਨਾਲ ਜੁੜੇਗੀ। ਜੇ ਉੱਪਰ ਲੀਡਰਸ਼ਿਪ ਤਾਂ ਹੁਣ ਸਾਡੇ ਵਰਗੇ ਬੰਦੇ ਤਾਂ 500 ਵੀ ਜੁੜ ਜਾਣ 5000 ਵੀ ਜੁੜ ਜਾਣ ਜਦੋਂ ਤੱਕ ਵੋਟ ਹੀ ਨਹੀਂ ਜੁੜ ਰਹੀ ਉਦੋਂ ਤੱਕ ਗੱਲ ਨਹੀਂ ਬਣੇਗੀ। ਉਦੋਂ ਤੱਕ ਜਿਹੜਾ ਮਤਲਬ ਵੈਕਿਊਮ ਹੈ ਉੱਥੇ ਹੀ ਅਕਾਲੀ ਪੋਲਿਟਿਕਸ ਦੇ ਵਿੱਚ ਰਹੇਗਾ। ਇਸ ਵੈਕਿਊਮ ਨੂੰ ਦੂਰ ਕਰਨ ਲਈ ਅਜੇ ਹੋਰ ਕਦਮ ਚੱਕਣ ਦੀ ਲੋੜ ਹੈ ਤੇ ਪਹਿਲ ਜ਼ਰੂਰ ਹੋ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਹੋਰ ਕਦਮ ਵੀ ਚੱਕੇ ਜਾਣਗੇ ਤੇ ਜਿਹੜਾ ਪੰਥ ਦੇ ਵਿੱਚ ਜਿਹੜਾ ਰੋਹ ਹੈ ਉਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।